ਸਰਕਾਰੀ ਦਫ਼ਤਰ ਨੇ ਨਹੀਂ ਭਰਿਆ ਬਿਜਲੀ ਦਾ ਬਿੱਲ। ਸਾਢੇ 700 ਕਰੋੜ ਦਾ ਬਿਜਲੀ ਦਾ ਬਿੱਲ ਬਕਾਇਆ। ਘਰੇਲੂ ਕਨੈਕਸ਼ਨ ਦਾ 535 ਕਰੋੜ 83 ਲੱਖ ਬਕਾਇਆ। ਬਿਜਲੀ ਵਿਭਾਗ ਦੇ ਵੱਲੋਂ ਕੀਤਾ ਗਿਆ ਵੱਡਾ ਐਕਸ਼ਨ। ਪੂਰੇ ਪੰਜਾਬ ਦੇ ਵਿੱਚ ਪੰਜਾਬ ਸਟੇਟ ਕਾਰਪੋਰੇਸ਼ਨ ਪਾਵਰ ਲਿਮਿਟਡ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ। ਜਿਹੜਾ ਵੀ ਸ਼ਖਸ ਬਿਜਲੀ ਦੀ ਚੋਰੀ ਕਰੇਗਾ ਉਸਦੇ ਖਿਲਾਫ ਐਕਸ਼ਨ ਕੀਤਾ ਜਾਵੇਗਾ। ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਵੱਲੋਂ ਰੇਡ ਕੀਤੀ ਗਈ ਅਤੇ 95 ਕਰੋੜ 27 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। PSPCL ਅੰਮ੍ਰਿਤਸਰ ਦੇ ਵਿੱਚ ਕੁੱਲ 4 ਸਰਕਲ ਆਉਂਦੇ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਚੀਫ ਇੰਜੀਨੀਅਰ ਨੇ ਦੱਸਿਆ ਕਿ ਅੰਮ੍ਰਿਤਸਰ ਸਿਟੀ ਸਰਕਲ ਦੇ ਵਿੱਚ 1949 ਕਨੈਕਸ਼ਨ ਚੈੱਕ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ 36 ਕਨੈਕਸ਼ਨ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਸੀ। ਉਹਨਾਂ ਦੇ ਖਿਲਾਫ 7,28,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਅਤੇ ਗੁਰਦਾਸਪੁਰ ਸਰਕਲ ਦੇ ਵਿੱਚ ਉਹਨਾਂ ਦੇ ਵੱਲੋਂ 2131 ਕਨੈਕਸ਼ਨ ਚੈੱਕ ਕੀਤੇ ਗਏ, ਜਿਨ੍ਹਾਂ ਦੇ ਵਿੱਚ 16 ਕਨੈਕਸ਼ਨ ਗੈਰ ਕਾਨੂੰਨੀ ਪਾਏ ਗਏ। ਉਹਨਾਂ ਨੂੰ 4,87,000 ਦਾ ਜੁਰਮਾਨਾ ਲਾਇਆ ਗਿਆ। ਉਹਨਾਂ ਦੱਸਿਆ ਕਿ ਸਰਕਾਰੀ ਮਹਿਕਮੇ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਬਿਜਲੀ ਦਾ ਬਕਾਇਆ 750 ਕਰੋੜ ਰੁਪਏ ਹੈ ਅਤੇ ਘਰੇਲੂ ਕਨੈਕਸ਼ਨਾਂ ਦਾ 535 ਕਰੋੜ 83 ਲੱਖ ਰੁਪਏ ਹੈ। ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਵੱਲੋਂ ਜੁਰਮਾਨਾ ਨਹੀਂ ਭਰਿਆ ਗਿਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਡੇ ਜਿਹੜੇ ਬਿਜਲੀ ਮੰਤਰੀ ਹੈ ਸਰਦਾਰ ਹਰਭਜਨ ਸਿੰਘ ਜੀ ETO, ਉਹਨਾਂ ਦੀ ਰਹਿਨੁਮਾਈ ਦੇ ਅਧੀਨ ਅਤੇ ਸਾਡੇ ਚੇਅਰਮੈਨ ਸਾਹਿਬ ਬਲਦੇਵ ਸਿੰਘ ਸਰਾਂ ਜੀ ਅਤੇ ਸਾਡੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਜਿਹੜੇ DPS ਗਰੇਵਾਲ ਜੀ ਹੈਗੇ, ਉਹਨਾਂ ਦੇ ਹੁਕਮਾਂ ਦੇ ਅਧੀਨ ਅਤੇ ਜਿਵੇਂ ਉਹਨਾਂ ਨੇ ਹਦਾਇਤਾਂ ਕੀਤੀਆਂ ਉਹਨਾਂ ਦੇ ਅਧੀਨ ਅਸੀਂ ਜਿਹੜਾ ਆ ਸ਼ਨੀਵਾਰ ਨੂੰ ਇੱਕ ਬਹੁਤ ਵੱਡੀ ਜਿਹੜੀ ਹੈ ਚੋਰੀ ਦੇ ਖਿਲਾਫ਼ ਜਿਹੜੀ ਸੀ ਉਹ ਮੁਹਿੰਮ ਜਿਹੜੀ ਚਲਾਈ ਸੀਗੀ। ਮੇਰੇ ਕੋਲ ਬਾਰਡਰ ਜ਼ੋਨ ਦੇ ਅਧੀਨ ਜਿਹੜੇ ਹੈ 4 ਸਰਕਲ ਆਉਂਦੇ ਆ ਜੀ। ਇੱਕ ਤਾਂ ਸਿਟੀ ਅੰਮ੍ਰਿਤਸਰ ਅਤੇ ਸਵਰਮਨ ਅੰਮ੍ਰਿਤਸਰ, ਤੀਸਰਾ ਤਰਨ ਤਾਰਨ ਜੀ, ਅਤੇ ਚੌਥਾ ਜਿਹੜਾ ਹੈਗਾ ਮੇਰੇ ਕੋਲ ਗੁਰਦਾਸਪੁਰ, ਉਹਦੇ ਵਿੱਚ ਪਠਾਨਕੋਟ ਜ਼ਿਲ੍ਹਾ ਵੀ ਆਉਂਦਾ ਹੈ ਜੀ। ਮੇਰੇ ਕੋਲ ਟੋਟਲ ਜਿਹੜੇ ਹੈਗੇ ਆ ਕੰਜ਼ਿਊਮਰ ਜਿਹੜਾ ਹੈਗਾ ਆ ਉਹ 21 ਲੱਖ ਦੇ ਲਾਗੇ ਹੈਗੇ ਆ ਜੀ ਇਸ ਏਰੀਏ ਦੇ ਵਿੱਚ। ਉਹਦੇ ਵਿੱਚ ਡੋਮੈਸਟਿਕ ਜਿਹੜੇ ਆ 15.5 ਲੱਖ ਰੁਪਏ, 15.5 ਲੱਖ ਜਿਹੜੇ ਹੈਗੇ ਆ ਉਹ ਕੰਜ਼ਿਊਮਰ ਹੈਗੇ ਆ। ਸ਼ਨੀਵਾਰ ਨੂੰ ਸਵੇਰੇ ਤੜਕੇ ਅਸੀਂ, ਸਾਡੇ ਕੋਲ 133 ਸਬ ਡਿਵੀਜ਼ਨਾਂ ਹੈਗੀਆਂ, ਉਹ 133 ਸਬ ਡਿਵੀਜ਼ਨਾਂ ਦੇ ਅਧੀਨ ਜਿਹੜੀ ਹੈ ਅਸੀਂ ਉਹ ਚੋਰੀ ਚੈੱਕ ਕਰਨ ਵਾਸਤੇ ਸਵੇਰੇ ਟੀਮਾਂ ਤਿਆਰ ਕਰਕੇ ਭੇਜੀਆਂ ਸੀਗੀਆਂ, ਜਿਨ੍ਹਾਂ ਵਿੱਚੋਂ ਅਸੀਂ 9,566 ਕਨੈਕਸ਼ਨ ਜਿਹੜੇ ਚੈੱਕ ਕੀਤੇ ਆ, ਜਿਨ੍ਹਾਂ ਵਿੱਚ 288 ਜਿਹੜੇ ਕਨੈਕਸ਼ਨ ਜਿਹੜੇ ਉਹ ਸਿੱਧੇ ਜਿਹੜੇ ਫੜੇ ਗਏ ਚੋਰੀ ਕਰਦੇ ਹੋਏ, ਜਿਨ੍ਹਾਂ ਨੂੰ ਅਸੀਂ ਮੌਕੇ 'ਤੇ 88.93 ਲੱਖ ਰੁਪਇਆ ਚਾਰਜ ਕੀਤਾ। ਉਸ ਤੋਂ ਇਲਾਵਾ ਇਨਡਾਇਰੈਕਟ ਜਿਹੜੇ ਆਪਾਂ UGE ਡਿਟੈਕਟ ਕੀਤੀ ਹੈ ਜੀ, ਉਹ 48 ਕਨੈਕਸ਼ਨ ਚੈੱਕ ਕੀਤੇ ਹੈ, ਉਹ 6.34 ਲੱਖ ਰੁਪਇਆ ਉਹਨਾਂ ਨੂੰ ਚਾਰਜ ਕੀਤਾ। ਇਵੇਂ ਮਿਲਾ ਕੇ ਅਸੀਂ ਗੱਲ ਕਰੀਏ ਤਾਂ ਟੋਟਲ ਜਿਹੜੇ ਕੇਸ ਉਸ ਦਿਨ ਜਿਹੜੀ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਅਸੀਂ 336 ਕਨੈਕਸ਼ਨ ਚੈੱਕ ਕੀਤੇ ਜਿਹੜੇ ਚੋਰੀ ਕਰਦੇ ਫੜੇ ਗਏ, ਅਤੇ 95.27 ਲੱਖ ਰੁਪਇਆ ਅਸੀਂ ਚਾਰਜ ਕੀਤਾ ਉਹਨਾਂ ਨੂੰ। ਫਰਕ ਇਹ ਹੈ ਜੀ, ਜਿਹੜੇ ਡਾਇਰੈਕਟ ਹੈਗੇ ਆ ਕੇਸਿਸ ਉਹ ਮਤਲਬ ਤੁਸੀਂ ਆਥੋਰਾਈਜ਼ ਨਹੀਂ ਹੈਗੇ ਕਨੈਕਸ਼ਨ ਲਈ, ਤੁਸੀਂ ਬਾਹਰੋਂ ਜਾਂਦੀਆਂ ਤਾਰਾਂ ਹੈਗੀਆਂ ਜਿਹੜੀਆਂ ਸਿੱਧੀ ਕੁੰਡੀ ਪਾਉਂਦੇ ਆ, ਉਹਨੂੰ ਤੁਸੀਂ ਉਹਨੂੰ ਕਹਿ ਸਕਦੇ ਡਾਇਰੈਕਟ। ਜਾਂ ਇਨਡਾਇਰੈਕਟ ਦੇ ਵਿੱਚ UGE ਵਾਲੇ ਹੈਗੇ ਆ ਜਿਹੜੇ ਆਥੋਰਾਈਜ਼, ਦੂਸਰਾ ਤਾਂ ਹੈਗਾ ਮੀਟਰ ਦੇ ਥਰੂ, ਮੰਨ ਲਓ ਦੂਸਰੇ ਘਰ ਵਾਲਾ ਉੱਤੋਂ ਮੀਟਰ ਚਲਾ, ਮੀਟਰ ਤੋਂ ਹੀ ਲੈ ਰਿਹਾ ਸਪਲਾਈ, ਉਹਨੂੰ ਆਪਾਂ UGE ਵਾਲੇ ਕੇਸਿਸ ਕਹਿੰਦੇ ਹਾਂ। ਟੋਟਲ ਕਿੰਨਾ ਤੁਹਾਡੇ ਵੱਲੋਂ ਫਾਈਨ ਜੁਰਮਾਨਾ ਲਾਇਆ ਗਿਆ? ਟੋਟਲ 95.27 ਲੱਖ ਰੁਪਇਆ ਹੀ ਜੁਰਮਾਨਾ ਕੀਤਾ ਜੀ ਉਹਨਾਂ ਨੇ ਸਾਰਿਆਂ ਨੂੰ।
ਸਰ ਕੋਈ ਇਹਨੂੰ ਲਾਸਟ ਡੇਟ ਦਿੱਤੀ ਗਈ ਇਸ ਡੇਟ ਤੱਕ ਸਾਰਾ ਤੁਹਾਡਾ ਜੋ ਵੀ ਅਮਾਊਂਟ ਵੀ ਫਾਈਨ ਕੀਤਾ ਉਹ ਪੇ ਕਰ ਦਿੱਤਾ ਕੋਈ ਅੱਗੇ ਵੱਡੀ ਕੋਈ ਕਾਰਵਾਈ ਤੁਹਾਡੇ ਵੱਲੋਂ ਕੀਤੀ? ਹਾਂ ਉਹ ਸਾਡੇ ਜਿਹੜੇ ਸਬ ਡਿਵੀਜ਼ਨਲ ਆਫਿਸਰ ਹੈਗੇ ਆ ਉਹ ਬਕਾਇਦਾ ਉਹਨਾਂ ਨੇ ਨੋਟਿਸ ਜਾਰੀ ਕੀਤੇ ਹੈ, ਉਹਨਾਂ ਨੂੰ 10 ਦਿਨ ਦਾ ਜਾਂ ਹਫ਼ਤੇ ਕੁ ਦਾ ਟਾਈਮ ਦੇਈਦਾ ਅਸੀਂ ਵੀ ਆਹ ਪੈਸੇ ਤੁਹਾਡੇ ਬਣਦੇ ਹੈਗੇ ਆ ਇਹ ਜਮ੍ਹਾਂ ਕਰਵਾਓ, ਅਤੇ ਨਾਲ ਹੀ ਅਸੀਂ ਜਿਹੜੀਆਂ FIR ਆ ਵੀ ਐਂਟੀ ਥੈਫਟ ਸਾਡੇ ਕੋਲ ਪੁਲਿਸ ਸਟੇਸ਼ਨ ਹੈਗੇ ਉਹਨਾਂ ਵਿੱਚ ਵੀ ਦਰ